ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਪੰਜਾਬ ਭਰ ਵਿੱਚ 107 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦੀ ਸ਼ੁਰੂਆਤ ਵਰਚੁਅਲ ਤਰੀਕੇ ਨਾਲ ਕੀਤੀ ਗਈ। ਇਸ ਦੌਰਾਨ ਗੁਰਦਾਸਪੁਰ ਤੋਂ ਕੈਬਨਿਟ ਮੰਤਰੀ ਅਰੁਣ ਚੌਧਰੀ ਅਤੇ ਵਿਧਾਇਕ ਪਹਾੜਾ ਨੇ ਇਸ ਸਮਾਰੋਹ ਵਿੱਚ ਹਿੱਸਾ ਲਿਆ ਅਤੇ ਕੋਰੋਨਾ ਦੌਰਾਨ ਵਧੀਆ ਸੇਵਾਵਾਂ ਦੇਣ ਵਾਲੇ ਡਾਕਟਰਾਂ ਦਾ ਵੀ ਹੌਸਲਾ ਅਫਜ਼ਾਈ ਕੀਤਾ। ਇਹਦੇ ਵਾਸਤੇ ਪਿਛਲੇ ਜਦੋਂ ਮੈਂ ਸਟਾਰਟਿੰਗ ਐਮਐਲਏ ਬਣਿਆ ਸੀਗਾ, ਮੇਰੇ ਧਿਆਨ 'ਚ ਇਸ਼ੂ ਆਇਆ ਸੀਗਾ ਕਿ ਪਹਿਲਾਂ ਰੋਡ ਜਿਹੜੀ ਉਹ 10 ਫੁੱਟ ਚੌੜੀ ਸੀਗੀ ਐਂਡ ਉਸ ਸਮੇਂ ਦੇ ਜਦੋਂ ਮੈਂ ਇੱਥੇ ਹੋਸਪਿਟਲ ਆਇਆ ਮੈਨੂੰ ਰਿਕੁਐਸਟ ਕੀਤੀ ਇਹਨਾਂ ਨੇ ਔਰ ਜੋ ਮੇਰੇ ਕੋਲ ਪੋਸੀਬਲ ਸੀਗਾ ਕਿਉਂਕਿ ਉਹਨੂੰ ਜਿਹੜਾ ਰਸਤਾ 20 ਫੁੱਟ ਹੀ ਹੈ ਪਰ ਇਹ ਮੇਰੀ ਟਨਿਓਰ ਤੋਂ ਪਹਿਲਾਂ ਜਿਹੜਾ ਰਸਤਾ 20 ਫੁੱਟ ਸੀਗਾ ਅਤੇ ਉਹਦਾ ਜੋ ਹੱਲ ਸੀਗਾ ਬੈਟਰ ਮੈਂ 20 ਫੀਟ ਕਰਤਾ ਬਟ ਠੀਕ ਆ ਜਿਹੜੇ ਬਾਈਪਾਸ ਤੋਂ ਜਿਹੜੇ ਪੇਸ਼ੈਂਟਸ ਆਉਂਦੇ ਨੇ ਜਾਂ ਲੋਕ ਆਉਂਦੇ ਨੇ ਉਹ ਰੋਂਗ ਸਾਈਡ ਆ ਕੇ ਕਾਫੀ ਮਿਸਹੈਪਨਿੰਗਸ ਵੀ ਹੋਈਆਂ ਨੇ ਔਰ ਉਸ ਤਰ੍ਹਾਂ ਇੱਕ ਫਾਈਲ ਮੂਵ ਹੋਈ ਸੀ ਕਿ ਨਵੇਂ ਰਸਤੇ ਵਾਸਤੇ ਬਟ ਉਹ ਜਿਹੜੀ ਪੈਸੇ ਜਿਹੜੀ ਪਾਰਟੀ ਸੀ ਜ਼ਿਆਦਾ ਮੰਗਦੀ ਸੀਗੀ ਇਸ ਕਰਕੇ ਹੁਣ ਮੈਂ ਡੀ ਸਾਹਿਬ ਨਾਲ ਵੀ ਡਿਸਕਸ ਕੀਤਾ ਸਿਵਲ ਸਰਜਨ ਸਾਹਿਬ ਨਾਲ ਵੀ ਕੀਤਾ ਆਉਣ ਵਾਲੇ ਸਮੇਂ ਜਲਦੀ ਕੋਈ ਹੋਰ ਉਹਦਾ ਵੇ ਆਊਟ ਲੱਭ ਕੇ ਇੱਕ ਨਵਾਂ ਰਸਤਾ ਜਿਹੜਾ ਹੋਸਪਿਟਲ ਨੂੰ ਦਿੱਤਾ ਜਾਊਗਾ ਤਾਂ ਜੋ ਜਿਹੜੀ ਰੋਂਗ ਸਾਈਡ ਵਾਲੀ ਜਿਹੜੀ ਮੁਸ਼ਕਲ ਆ ਰਹੀ ਆ ਔਰ ਵੈਸੇ ਵੀ ਹੋਸਪਿਟਲ ਜਿਹੜਾ ਇਹ ਜਿਹੜਾ 200 ਬੈੱਡਡ ਹੋ ਗਿਆ ਔਰ ਰਿਕੁਆਇਰਡ ਆ ਰਸਤਾ ਜਲਦੀ ਇਹਦਾ ਕੋਈ ਨਾ ਕੋਈ ਮਹੀਨੇ ਦੇ ਅੰਦਰ ਅੰਦਰ ਕੋਈ ਸਲਿਊਸ਼ਨ ਕੱਢ ਕੇ ਇਹਨੂੰ ਨਵਾਂ ਰਸਤਾ ਦੇਣ ਦੀ ਮੇਰੀ ਕੋਸ਼ਿਸ਼ ਆ। ਮੇਰੇ ਧਿਆਨ 'ਚ ਨਹੀਂ ਹੈ ਕਿ ਉਹਦੀ ਫੀਸ ਲਾਈ ਹੋਈ ਹੈ, ਮੈਂ ਉਹਨੂੰ ਰਿਵਿਊ ਜ਼ਰੂਰ ਕਰਾਂਗਾ ਜੇ ਉਹਦਾ ਕੋਈ ਜ਼ਿਆਦਾ ਲੱਗ ਰਿਹਾ ਤਾਂ ਡੈਫੀਨੇਟਲੀ ਉਹਨੂੰ ਜਿਹੜਾ ਮੈਂ ਉਹਦੇ 'ਤੇ ਰੀਚੈੱਕ ਕਰਾਵਾਂਗਾ। ਮੈਨੂੰ ਹੁਣੇ ਤੁਹਾਡੇ ਤੋਂ ਇਹ ਪਤਾ ਲੱਗਿਆ ਜੋ ਮੈਡਮ ਐਸ ਐਮ ਓ ਨੇ ਦੱਸਿਆ ਕਿ ਇਹ ਉਹਦੇ ਵਾਸਤੇ ਇਹਨਾਂ ਨੇ ਠੀਕ ਕਰਨ ਲਈ ਐਪਲੀਕੇਸ਼ਨ ਦਿੱਤੀ ਹੋਈ ਹੈ, ਮੈਂ ਇਹਨੂੰ ਆਪ ਪਰਸਿਊ ਕਰਕੇ ਜਲਦੀ ਉਹਦੀ ਜਿਹੜੀ ਮੁਸ਼ਕਲਾਂ ਨੂੰ ਦੂਰ ਕਰਾਵਾਂਗਾ। ਜਿਹੜੀ ਕੈਪਟਨ ਸਰਕਾਰ ਦੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਦੇ ਹੇਠ ਉਹਨਾਂ ਦੇ ਵਿਜ਼ਨਰੀ ਸੋਚ ਦੇ ਹੇਠ ਇਹ ਕੰਮ ਜਿਹੜਾ ਆ ਅੱਗੇ ਚੱਲ ਰਿਹਾ ਕਿ ਮੇਨ ਜਿਹੜੀ ਗੱਲ ਹੈ ਕਿ ਅਸੀਂ ਸਾਰੇ ਲੋਕਾਂ ਤੱਕ ਜਿਨ੍ਹਾਂ ਤੱਕ ਪਹੁੰਚ ਨਹੀਂ ਹੋ ਸਕਦੀ ਉਹਨਾਂ ਤੱਕ ਆਪ ਪਹੁੰਚ ਕਰਕੇ ਉਹਨਾਂ ਨੂੰ ਇਹ ਸੁਵਿਧਾਵਾਂ ਪ੍ਰਦਾਨ ਕਰੀਏ। ਨਹੀਂ ਇਹਦੇ ਬਾਰੇ 'ਚ ਮੈਨੂੰ ਪਤਾ ਨਹੀਂ ਹੈ ਲੇਕਿਨ ਜਲਦੀ ਇਹਦੇ ਬਾਰੇ 'ਚ ਜਲਦੀ ਕਰਵਾ ਦਿਓ। ਅਗਰ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ ਤਾਂ ਉਹ ਜਲਦੀ ਹੱਲ ਹੋਣੀ ਚਾਹੀਦੀ ਹੈ, ਇਹ ਮੇਰੇ ਧਿਆਨ 'ਚ ਹੈ ਨਹੀਂ ਸੀ, ਸੋ ਇਸ ਕਰਕੇ ਜਲਦੀ ਇਹਨਾਂ ਨੇ ਕਹਿ ਦਿੰਦੇ ਐਡਮਿਨਿਸਟ੍ਰੇਸ਼ਨ ਨੂੰ ਕਿ ਜਲਦੀ ਕਰਵਾ ਦਿਓ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਲਾਈਵ ਭਾਰਤ। ਇੱਕ ਵਾਰ ਜੋ ਮੈਨੇ ਕਮਿਟਮੈਂਟ ਕਰ ਦੀ ਤਾਂ ਫਿਰ ਮੈਂ ਆਪਣੇ ਆਪ ਕੀ ਵੀ ਨਹੀਂ ਸੁਣਤਾ। ਬਿਲਕੁਲ ਜੀ ਬਿਲਕੁਲ, ਇਹ ਨੇ ਜੇਪੀ ਸਿੰਘ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਵਾਲੇ, ਜੋ ਇਹ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ, ਆਪਣਾ ਕੀਤਾ ਹੋਇਆ ਹਰ ਵਾਅਦਾ ਨਿਭਾਉਂਦੇ ਨੇ, 1, 2, 3, 4 ਨਹੀਂ ਬਲਕਿ ਵੀਜ਼ਿਆਂ ਦੇ ਢੇਰ ਲਵਾਉਂਦੇ ਨੇ। ਤੇ ਹੁਣ ਵੀਜ਼ਿਆਂ ਦੇ ਢੇਰ ਲੱਗਣ ਲਈ ਤਿਆਰ ਹੋ ਜਾਵੇ ਮਾਲਵਾ, ਕਿਉਂਕਿ ਜੇਪੀ ਸਿੰਘ ਖੁਦ ਆ ਰਹੇ ਨੇ ਹੁਣ ਮਾਲਵੇ ਦੀ ਧਰਤੀ ਤੇ ਹਰ ਸ਼ਨੀਵਾਰ ਮੋਗਾ। ਜੇਕਰ ਤੁਸੀਂ ਵੀ ਪੜ੍ਹਨ ਲਈ ਜਾਣਾ ਚਾਹੁੰਦੇ ਹੋ ਵਿਦੇਸ਼ ਤਾਂ ਮਿਲਣਾ ਨਾ ਭੁੱਲਣਾ, ਕਿਉਂਕਿ ਜੇਕਰ ਤੁਹਾਡੀ ਪ੍ਰੋਫਾਈਲ ਦੇਖ ਕੇ ਜੇਪੀ ਸਿੰਘ ਨੇ ਕਮਿਟਮੈਂਟ ਕਰ ਦਿੱਤੀ ਤਾਂ ਸਮਝੋ ਤੁਹਾਡਾ ਵੀਜ਼ਾ ਪੱਕਾ ਹੀ ਹੈ। ਫਿਰ ਨੋਟ ਕਰ ਲਓ, ਜੇਪੀ ਸਿੰਘ ਮਿਲਣਗੇ ਹਰ ਸ਼ਨੀਵਾਰ 21 ਨਵੰਬਰ ਤੋਂ ਮੋਗਾ ਦੇ ਬਿਗ ਬੈਨ ਹੋਟਲ ਦੇ ਵਿੱਚ ਨੀਅਰ ਬੱਸ ਸਟੈਂਡ।